ਕਿ ਸਰ ਮੈਨੂੰ ਨੋਇੰਗਲੀ ਮੇਰਾ ਜੀਣਾ ਲੱਗ ਰੱਖਿਆ ਸਰ ਨੋਇੰਗਲੀ ਸਰ ਮੈਂ ਰਾਤ ਪੂਰਾ ਵੀ ਬਹੁਤ ਸਰ ਤਾਂ ਵੀ ਹੁਣ ਦੇਖੋ 25-25 ਘੰਟੇ ਹੋ ਗਏ ਸਰ ਬੰਦਾ 61 ਸਾਲ ਦੀ ਉਮਰ 'ਚ ਕਿੱਥੇ ਮਰੇਗਾ ਬੰਦਾ ਇੱਕ ਪਤਨੀ ਦੇ ਵੱਲੋਂ ਹੀ ਆਪਣੇ ਪਤੀ ਨੂੰ ਘਰ ਦੇ ਵਿੱਚ 25 ਘੰਟਿਆਂ ਦੇ ਲਈ ਬੰਧਕ ਬਣਾ ਕੇ ਰੱਖਿਆ ਗਿਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਪਤਨੀ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ। ਹਾਲਾਂਕਿ ਜੋ ਪਤੀ ਹੈ ਉਹ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰਡ SDO ਹੈ ਅਤੇ ਉਸਦੇ ਵੱਲੋਂ ਆਪਣੀ ਪਤਨੀ ਦੇ ਉੱਤੇ ਹੀ ਇਲਜ਼ਾਮ ਲਗਾਏ ਗਏ ਨੇ। ਉਸਦਾ ਕਹਿਣਾ ਹੈ ਕਿ ਪਹਿਲਾਂ ਵੀ ਉਸਨੂੰ ਕਈ ਵਾਰੀ ਇਸ ਤਰੀਕੇ ਦੇ ਨਾਲ ਬੰਧਕ ਬਣਾਇਆ ਗਿਆ। ਹਾਲਾਂਕਿ ਜਦੋਂ ਪਤਨੀ ਦੇ ਵੱਲੋਂ ਬੰਧਕ ਬਣਾਇਆ ਗਿਆ ਤਾਂ ਜੋ ਪਤੀ ਸੀ ਉਸਨੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਇਸ ਘਟਨਾ ਦੇ ਬਾਰੇ ਦੱਸਿਆ। ਜਦੋਂ ਉਹ ਘਰ ਦੇ ਵਿੱਚ ਉਸਨੂੰ ਛੁਡਵਾਉਣ ਦੇ ਲਈ ਆਏ ਤਾਂ ਪਤੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਪਤਨੀ ਦੇ ਉੱਤੇ ਕਿ ਉਹਨਾਂ ਨੇ ਉਹਨਾਂ ਨੂੰ ਵੀ ਘਰ ਦੇ ਵਿੱਚ ਵੜਨ ਨਹੀਂ ਦਿੱਤਾ ਅਤੇ ਜਦੋਂ ਉਹਨਾਂ ਦੇ ਵੱਲੋਂ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਨੀ ਨੇ ਦੋਸਤਾਂ ਨੂੰ ਕਿਹਾ ਕਿ ਇਹ ਉਹਨਾਂ ਦਾ ਆਪਸੀ ਪਰਿਵਾਰਕ ਮੈਟਰ ਹੈ, ਇਹ ਜਲਦੀ ਹੀ ਉਸਨੂੰ ਸੁਲਝਾ ਲੈਣਗੇ। ਜਿਸ ਤੋਂ ਬਾਅਦ ਜਦੋਂ ਉਸਨੂੰ ਖਾਣ ਪੀਣ ਦੇ ਲਈ ਕੁਝ ਨਾ ਮਿਲਿਆ, ਉਸਦੀ ਤਬੀਅਤ ਵਿਗੜਨ ਲੱਗੀ ਤਾਂ ਉਸਨੇ ਹਾਰ ਕੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਮੁਲਾਜ਼ਮ ਮੌਕੇ ਦੇ ਉੱਤੇ ਪਹੁੰਚਦੇ ਨੇ ਅਤੇ ਪਹੁੰਚ ਕੇ ਪਤੀ ਨੂੰ ਜੋ ਹੈ ਆਜ਼ਾਦ ਕਰਵਾਇਆ ਗਿਆ। ਤਾਂ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਉੱਥੇ ਹੀ ਪਤਨੀ ਦੇ ਵੱਲੋਂ ਵੀ ਆਪਣੇ ਪਤੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਉਸਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ, ਗਾਲੀ ਗਲੋਚ ਕੀਤਾ ਜਾਂਦਾ ਅਤੇ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਤਾਂ ਉੱਥੇ ਹੀ ਪਤੀ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਕਿ ਪਤਨੀ ਜੋ ਹੈ ਉਹ ਕਾਂਗਰਸ ਦੀ ਇੱਕ ਲੀਡਰ ਹੈ। ਉਹ ਉਸਦਾ ਕਹਿਣਾ ਕਿ ਜਦੋਂ ਉਸਨੇ ਕਿਹਾ ਕਿ ਉਹ ਮੀਡੀਆ ਨੂੰ ਇਸ ਗੱਲ ਦੇ ਬਾਰੇ ਦੱਸੇਗਾ ਜਾ ਕੇ, ਤਾਂ ਪਤਨੀ ਨੇ ਸਿੱਧੇ ਹੀ ਉਸਨੂੰ ਕਿਹਾ ਕਿ ਉਹ ਕਿਸੇ ਤੋਂ ਵੀ ਨਹੀਂ ਡਰਦੀ। ਤਾਂ ਅਜਿਹੇ ਇਲਜ਼ਾਮ ਜੋ ਨੇ ਇੱਕ ਦੂਜੇ ਦੇ ਉੱਤੇ ਲਗਾਏ ਗਏ ਨੇ। ਉੱਥੇ 25 ਘੰਟਿਆਂ ਤੱਕ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਬੰਧਕ ਬਣਾ ਕੇ ਰੱਖਿਆ ਗਿਆ। ਉੱਥੇ ਹੀ ਪਤੀ ਦੇ ਵੱਲੋਂ ਜਦੋਂ ਆਪਣੀ ਇਹ ਗੱਲਾਂ ਦੱਸੀਆਂ ਜਾ ਰਹੀਆਂ ਸੀ ਤਾਂ ਉਹ ਕਾਫੀ ਜ਼ਿਆਦਾ ਭਾਵੁਕ ਵੀ ਹੋ ਗਿਆ। ਸਰ ਪਹਿਲੀ ਵਾਰੀ ਨਹੀਂ, ਮੇਰੇ ਨਾਲ ਪਹਿਲਾਂ ਵੀ ਬਹੁਤ ਵਾਰੀ ਹੋਇਆ ਸਰ। ਬਾਹਰ ਕਦੇ ਕੁੰਡਾ ਬੰਦ ਕਰ ਦਿੰਦੀ ਹੈ, ਕਦੇ ਮੈਨੂੰ ਪਾਣੀ ਬੰਦ ਕਰ ਦਿੰਦੀ ਹੈ, ਕਦੇ ਮੇਰੀ ਬਿਜਲੀ ਬੰਦ ਕਰ ਦਿੰਦੀ ਹੈ, ਕਦੇ ਕੁਛ ਕਰ ਦਿੰਦੀ ਹੈ। ਸਰ ਮੈਨੂੰ ਇਹਨੇ ਜਿੱਦਾਂ ਦਾ ਮੈਂ ਰਿਟਾਇਰ ਹੋਇਆ ਸਰ, ਮੈਨੂੰ ਇਹਨੇ ਮੇਰਾ ਜੀਣਾ ਆਰਾਮ ਕੀਤਾ ਸਰ। ਨਾ ਮੈਨੂੰ ਘਰ ਫੜਨ ਦਿੰਦੀ ਹੈ, ਨਾ ਮੈਨੂੰ ਏਜੰਸੀ ਫੜਨ ਦਿੰਦੀ ਹੈ, ਉਲਟਾ ਮੇਰੀ ਬੇਇੱਜ਼ਤੀ ਕਰਦੀ ਹੈ। ਨਾ ਮੈਨੂੰ ਰੋਟੀ ਦੇ ਰਹੀ ਹੈ, ਨਾ ਮੈਨੂੰ ਪਾਣੀ ਦੇ ਰਹੀ ਹੈ, ਨਾ ਮੈਨੂੰ ਮੈਂ ਕੱਪੜੇ ਆਪ ਧੋਣਾ ਸਰ, ਮੈਂ ਕੱਪੜੇ ਧੋ ਰਿਹਾ ਆਪ, ਮੈਂ ਸਰ ਰੋਟੀ ਬਾਹਰੋਂ ਲਿਆ ਜਾਂਦਾ, ਮੈਂ ਰੋਟੀ ਵੀ ਨਹੀਂ ਖਾਣ ਦਿੰਦੀ ਸਰ। ਮੈਨੂੰ ਹੁਣ 20 ਘੰਟੇ ਤੋਂ ਉੱਪਰ ਹੋ ਗਏ ਸਰ, ਮੈਨੂੰ ਉਹਨੇ ਬੰਦ ਕੀਤਾ ਲੋਕ ਕਰਕੇ। ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤਾ, ਸਰ ਇਹਨੇ ਕੋਈ ਪਰਵਾਹ ਨਹੀਂ ਕੀਤੀ, ਸਭ ਨੂੰ ਕਹਿੰਦੀ ਹੈ ਇਹਨੂੰ ਬਾਹਰ ਕੱਢੋਗੇ ਤਾਂ ਆ ਜਾਓ, ਨਹੀਂ ਮੈਂ ਨਹੀਂ ਆਉਂਦਾ। ਉਹ ਤੋਂ ਬਾਅਦ ਸਰ ਮੈਂ ਇਹ ਵੀ ਕਿਹਾ ਵੀ ਮੈਂ ਪ੍ਰੈਸ 'ਚ ਖਬਰ ਜਾਊਗੀ, ਖਬਰ ਤੇਰੀ ਬੇਇੱਜ਼ਤੀ ਹੋਊਗੀ, ਤੂੰ ਲੀਡਰ ਕਰਦੀ ਫਿਰਦੀ। ਪਰ ਸਰ ਇਹਨੇ ਹੁਣ ਮੇਰੇ ਦੋਸਤ ਨੂੰ ਕਿਸੇ ਨੂੰ ਕਿਹਾ, ਕਹਿੰਦੀ ਮੈਂ ਪ੍ਰੈਸ ਦੀ ਕੋਈ ਪਰਵਾਹ ਨਹੀਂ ਕਰਦੀ, ਜਿਹਨੂੰ ਮਰਜ਼ੀ ਆਉਣ ਦਿੱਤਾ, ਮੈਂ ਮਰਦਾ ਤਾਂ ਮਰ ਜਾਣ। ਸਰ ਮੇਰੀ ਹਾਲਤ ਬਹੁਤ ਮਾੜੀ ਹੈ, ਇਹਨੇ ਮੇਰਾ ਬਹੁਤ ਸਰ ਜੀਣਾ ਆਰਾਮ ਕੀਤਾ ਆ, ਮੈਨੂੰ ਇਹ ਕਾਰੋਬਾਰ ਕਰਦੀ ਹੈ। ਦੋ ਇਹਨੇ ਮੇਰੇ 'ਤੇ 3-4 ਮਿੰਟ 'ਤੇ ਕੋਰਟ ਕੇਸ ਕੀਤੇ ਨੇ, ਬਲਾਤਕਾਰ ਦਾ ਕੋਰਟ ਕੇਸ ਕੀਤਾ ਸਰ ਇਹਨੇ ਮੇਰੇ 'ਤੇ, ਇੱਕ ਸਰ ਮੈਨੂੰ ਘਰੋਂ ਕੱਢਣ ਦਾ ਕੀਤਾ, ਇੱਕ ਸਰ ਮੇਰੇ 'ਤੇ ਇਹਨੇ ਖਰਚਾ ਲੈਣ ਦਾ ਉਹ ਕੀਤਾ ਪਿਆ ਸਰ, ਅਤੇ ਹਰ ਬੰਦੇ ਤੋਂ ਸਰ ਮੇਰੀ ਬੇਇੱਜ਼ਤੀ ਕਰਾ ਰਹੀ ਹੈ। ਜੋ ਰਿਕਾਰਡਿੰਗ ਇਹਨਾਂ ਦੀ ਸੁਣਾ ਚੁੱਕੀ ਹੈ ਗਾਲਾਂ ਦੀ, ਜਿਹੜੀ ਕਿ ਇੱਕ ਦਿਨ ਦੀ ਨਹੀਂ ਹੈ, ਮੈਨੂੰ ਰੋਜ਼ ਪ੍ਰਤਾੜਿਤ ਕੀਤਾ ਜਾਂਦਾ ਇਹੋ ਜਿਹੀ ਗੰਦੀਆਂ ਦੀ ਗਾਲਾਂ ਕੱਢ ਕੇ। ਮੈਨੂੰ ਇਹ ਕਿਹਾ ਜਾਂਦਾ ਵੀ ਤੂੰ ਗਲਤ ਹੈ, ਗੰਦੀ ਹੈ, ਘਰ ਦੇ ਵਿੱਚ ਇਹ ਕੋਈ ਇਹਨਾਂ ਦਾ ਸਹਿਚਾਰ ਨਹੀਂ ਹੈ, ਸਿਰਫ ਇਹਨਾਂ ਨੂੰ ਇਹਨਾਂ ਦਾ ਮਕਸਦ ਹੈ ਵੀ ਇਹਦੇ ਕੋਲੋਂ ਮੈਂ ਸਾਰੀ ਗੈਸ ਏਜੰਸੀ ਖੋਲ੍ਹਾਂ ਅਤੇ ਇਹਨੂੰ ਮੈਂ ਮਾਰ ਕੱਢਦਾ। ਇਹ ਇਹਨਾਂ ਦਾ ਇੱਕ ਮਕਾਨ ਬਣਾਇਆ ਆ, ਪਰਲੇ ਪਾਸੇ ਵੀ ਹੈ ਇੱਕ, ਇਹਨਾਂ ਨੇ ਇਧਰਲੇ ਪਾਸੇ ਵੀ ਬਣਾਇਆ ਜੀ,
ਗੰਗਾਨਗਰ ਮਲੋੜ ਬਾਈਪਾਸ ਦੇ ਪੁੱਲ ਦੇ ਹੇਠ। ਇਹਨਾਂ ਨੂੰ ਮੈਂ ਬਹੁਤ ਵਾਰੀ ਕਿਹਾ ਤੁਸੀਂ ਵੀ ਜੀਓ, ਮੈਨੂੰ ਵੀ ਜੀਣ ਦਿਓ, ਆਰਾਮ ਨਾਲ ਜੇ ਤੁਸੀਂ ਘਰ ਆਪਦਾ ਬਣਾ ਲਿਆ ਤਾਂ ਉੱਥੇ ਰਹੋ, ਠੀਕ ਹੈ। ਉਸ ਘਰ ਦੇ ਵਿੱਚ ਇਹ ਗਲਤ ਕੰਮ ਕਰਦੇ ਆ, ਜਨਾਨੀਬਾਜ਼ੀ ਕਰਦੇ ਆ, ਸ਼ਰਾਬ ਪੀਂਦੇ ਆ। ਇਹਨਾਂ ਦੇ ਦੋਸਤ ਕੁਲਦੀਪ ਰੰਗਰੇਟਾ, ਵਿਨੋਦ ਔਰ ਇਹ ਸ਼ਰਮਾ ਜੀ, ਇਹ ਸਾਰੇ ਜਾ ਕੇ ਉੱਥੇ ਸ਼ਰਾਬਾਂ ਪੀਂਦੇ ਆ। ਮੈਨੂੰ ਕੋਈ ਇਤਰਾਜ਼ ਨਹੀਂ ਹੈ, ਆਪਦੇ ਘਰੇ ਜੋ ਮਰਜ਼ੀ ਕਰਨ, ਪਰ ਰਾਤਾਂ ਨੂੰ ਆ ਕੇ ਇਹ ਮੈਨੂੰ ਪਰੇਸ਼ਾਨ ਕਰਦੇ ਆ, ਦਿਨ ਵੇਲੇ ਵੀ ਆਉਂਦੇ ਨੇ ਧੱਕੇ ਨਾਲ। ਆ ਤੁਸੀਂ ਦੇਖਿਆ ਹੋਣਾ ਵੀ ਤੋੜ ਕੇ, ਉਹ ਤੁਸੀਂ ਦੇਖੇ ਮੇਰੇ ਸਾਰੇ ਤਾਲੇ, ਮੇਰੀਆਂ ਕੁੰਡੀਆਂ ਹੇਠੋਂ ਮੇਨ ਗੇਟ, ਠੀਕ ਹੈ। ਇਹ ਇਸ ਚੀਜ਼ ਦੇ ਗਵਾਹ ਨੇ ਕਿ ਇਹ ਮੇਰੇ ਘਰੇ ਜ਼ਬਰਦਸਤੀ ਵੜਦੇ ਨੇ, ਮੈਂ ਇਹਨਾਂ ਨੂੰ ਅੰਦਰ ਨਹੀਂ ਤਾੜ ਸਕਦੀ। ਸਿਰਫ ਇਸ ਕਰਕੇ ਮੈਂ ਇਹਨਾਂ ਨੂੰ ਰਾਤ ਨੂੰ ਮੈਨੂੰ ਅੱਧਾ ਘੰਟਾ ਘੰਟਾ ਬਾਹਰ ਮੈਨੂੰ ਬਿਠਾਇਆ ਇਹਨਾਂ ਨੇ, ਇਹਨਾਂ ਨੇ ਗੇਟ ਨਹੀਂ ਖੋਲ੍ਹਿਆ। ਮੈਂ 112 'ਤੇ ਫੋਨ ਕੀਤਾ, ਉਹਨਾਂ ਨੇ ਕਿਹਾ ਠੀਕ ਹੈ, ਅਸੀਂ ਇਹ ਬੰਦੇ ਭੇਜ ਰਹੇ ਹਾਂ। ਜਦੋਂ ਇਹਨਾਂ ਨੇ ਕੈਮਰੇ ਦੇਖਿਆ ਹੋਣਾ ਕਿ ਵੀ ਇਹ ਫੋਨ ਕਰੀ ਜਾਂਦੀ ਹੈ, ਫਿਰ ਇਹਨਾਂ ਨੇ 10-15 ਮਿੰਟ ਬਾਅਦ ਇਹਨਾਂ ਨੇ ਗੇਟ ਖੋਲ੍ਹਤਾ। ਗੇਟ ਖੋਲ੍ਹ ਆ ਕੇ ਮੈਂ ਉੱਪਰ ਆਈ ਹਾਂ, ਉੱਪਰ ਆ ਕੇ ਮੈਂ ਆਪਣੇ ਕਮਰੇ 'ਚ ਬੰਦ ਹੋ ਗਈ ਹਾਂ, ਕਿਉਂਕਿ ਮੈਨੂੰ ਪਤਾ ਵੀ ਇਹ ਕਦੇ ਵੀ ਮੇਰੇ 'ਤੇ ਬੇਮਤਲਬ ਨੂੰ ਗਾਲਾਂ ਤਾਂ ਜਿਹੜੀ ਕਰਦੇ ਨਹੀਂ ਗੰਦੀਆਂ, ਅਤੇ ਮੈਨੂੰ ਹੱਥ ਵੀ ਮੇਰੇ 'ਤੇ ਚੁੱਕਦੇ ਆ। ਇਸ ਕਰਕੇ ਮੈਂ ਆਪਣੇ ਕਮਰੇ ਦੇ ਅੰਦਰ ਸੀ, ਲੇਕਿਨ ਮੈਨੂੰ ਇਸ ਚੀਜ਼ ਦਾ ਸੀ, ਕਿਉਂਕਿ ਹਰ ਵਾਰੀ ਮੈਨੂੰ, ਤੁਹਾਨੂੰ ਪਤਾ ਵੀ ਚਲੋ ਪਾਰਟੀ ਦਾ ਕੰਮ ਹੈ, ਕਿਆ ਏਜੰਸੀ ਦਾ ਕੰਮ ਹੈ, ਮੀਟਿੰਗਾਂ ਹੁੰਦੀਆਂ ਨੇ, ਮੈਂ ਲੇਟ ਹੋ ਜਾਂਦੀ ਹਾਂ। ਆਈ ਵਾਰੀ ਐਵੇਂ ਕਰਦੇ ਆ, ਅੰਦਰੋਂ ਕੁੰਡਾ ਲਾ ਲੈਂਦੇ ਆ, ਮੈਂ ਬਾਹਰ ਬੈਠੀ ਰਹਿੰਦੀ ਹਾਂ। ਬਹੁਤ ਵਾਰੀ ਮੇਰੇ ਆਂਢ ਗੁਆਂਢ 'ਚ ਵੀ ਪਤਾ ਕਰੋ, ਇਹ ਮੈਨੂੰ ਡੰਡਿਆਂ ਨਾਲ ਵੀ ਮਾਰਦੇ ਆ, ਮੇਰੇ ਵਰਕਰਾਂ ਤੋਂ ਪੁੱਛ ਲਓ, ਉਹਨਾਂ ਅੱਗੇ ਵੀ ਮੈਨੂੰ ਗਾਲੀ ਗਲੋਚ ਕਰਦੇ ਆ, ਮੇਰੇ ਹਰ ਕੰਮ ਦੇ ਵਿੱਚ ਇੰਟਰਫੇਅਰ ਕਰਦੇ ਆ, ਮੇਰੀ ਗੈਸੈਂਸੀ ਦੇ ਵਿੱਚ। ਇਹ ਮਰਜ਼ੀ ਆਵੇ ਉਦੋਂ ਹੀ ਕੋਈ ਸਾਧਨ ਲੈ ਗਏ, ਕੋਈ ਬੰਦੇ ਨੂੰ ਲੈ ਗਏ, ਇਸ ਤੋਂ ਇਲਾਵਾ ਕਦੇ ਸਿਲੰਡਰ ਚੱਕੇ ਲੈ ਗਏ, ਪੈਸੇ ਲੈ ਗਏ, ਇਹ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਪਿਛਲੀ ਜੂਨ ਦੀ ਗੱਲ ਹੈ, ਮੇਰੀ ਇੱਕ ਲਿਮਟ ਬਣੀ ਹੋਈ ਸੀ ਜਿਸਦੇ ਵਿੱਚ ਇਹਨਾਂ ਦੇ ਇੱਕ ਸਾਈਨਿੰਗ ਅਥੋਰਿਟੀ ਸੀ, ਇਹਨਾਂ ਨੇ ਆਪਣੀ ਸਾਈਨਿੰਗ ਅਥੋਰਿਟੀ ਵੀ ਵਾਪਸ ਲੈ ਲਈ, ਮੇਰਾ ਬਿਜ਼ਨਸ ਖਤਮ ਕਰਨ ਲਈ, ਮੈਨੂੰ ਭੁੱਖੇ ਮਾਰਨ ਲਈ, ਕਿਉਂਕਿ ਪਿਛਲੇ 7-10 ਸਾਲਾਂ ਤੋਂ ਇਹ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਜਾਂ ਘਰੇ ਕੁਛ ਵੀ ਨਹੀਂ ਹੈ। ਮੈਂ ਕਾਰਵਾਈ ਚਾਹੁੰਦੀ ਹਾਂ ਵੀ ਜਲਦੀ ਤੋਂ ਜਲਦੀ ਕੋ ਪੁਲਿਸ ਨੂੰ ਮੈਂ ਬਹੁਤ ਵਾਰੀ ਕਿਹਾ ਬਈ ਇਹ ਘਰ ਮੇਰਾ, ਇਹਨੂੰ ਨਾ ਇੱਥੇ ਵੜਨ ਦਿਓ, ਨਾ ਇੱਥੋਂ ਇਹ ਅੰਦਰ ਆ ਕੇ ਐਵੇਂ ਬਿਮਾਰ ਕਰਦਾ। ਮੈਂ ਬਹੁਤ ਵਾਰੀ ਇਹਨਾਂ ਨੂੰ ਕੀਤਾ, ਮੈਂ ਪੱਪੂ ਜੀ ਜਿਹੜੇ ਅੱਜ ਆਏ ਇਹਨਾਂ ਵੀ ਬਹੁਤ ਵਾਰੀ ਆਏ ਸਾਡੇ ਕੋਲ ਪਹਿਲਾਂ ਵੀ, ਠੀਕ ਹੈ। ਇਹਨਾਂ ਨੇ ਵੀ ਕਿਹਾ ਸੀ ਇੱਕ ਵਾਰੀ ਬਈ ਤੂੰ ਜਾ ਭਾਈ ਅਲੱਗ ਰਹਿ ਲਾ, ਤੂੰ ਅਲੱਗ ਕਿਉਂ ਨਹੀਂ ਰਹਿੰਦਾ, ਹੈ ਰਹਿੰਦਾ ਤਾਂ ਹੈ ਹੀ ਉੱਥੇ, ਪਰ ਉੱਥੇ ਜਾਂਦਾ ਨਹੀਂ। ਤੁਸੀਂ ਮੇਰੇ ਨਾਲ ਹੁਣੇ ਚੱਲੋ, ਮੈਂ ਤੁਹਾਨੂੰ ਸਾਰਾ ਦਿਖਾ ਦਿੰਦੀ ਹਾਂ, ਇਹਦਾ ਘਰ ਹੈਗਾ ਸਾਰਾ, ਬੈੱਡ ਬੁੱਡ ਰਸੋਈ ਵੀ ਸਭ ਕੁਛ, ਤੁਹਾਨੂੰ ਮੇਰੇ ਨਾਲ ਚੱਲਣਾ ਪਏਗਾ, ਮੈਂ ਹੱਥ ਜੋੜ ਕੇ ਮਿਹਨਤ ਕਰੀ, ਤੁਸੀਂ ਦੇਖੋ ਇਹਦਾ ਘਰ। ਬਟ ਇਹ ਉੱਥੇ ਨਹੀਂ ਜਾਂਦਾ, ਇਹ ਮੈਨੂੰ ਪਰੇਸ਼ਾਨ ਕਰਦਾ, ਮੇਰੇ ਨਾਲ ਮਾਰ ਕੁਟਾਈ ਕਰਕੇ ਮੈਨੂੰ ਨੀਚਾ ਦਿਖਾਉਣ ਲਈ ਮੈਨੂੰ ਜਲੀਲ ਕਰਦਾ ਜੀ, ਡੇਲੀ ਮੈਨੂੰ ਜਲੀਲ ਕਰਦੇ, ਸਾਡੇ ਰਿਸ਼ਤੇ ਖਰਾਬ ਹੋਏ ਨੂੰ ਕੋਈ 20-25 ਸਾਲ ਹੋ ਗਏ ਜੀ, ਇਸੀ ਗੱਲ ਕਰਕੇ, ਕਿਉਂਕਿ ਇਹਨੂੰ ਪੈਸੇ ਦਾ ਬੜਾ ਲਾਲਚ ਹੈ ਜੀ, ਵੀ ਆਹ ਜਿਹੜੀ ਤੇਰੀ ਨੌਕਰੀ ਹੈਗੀ ਮੈਨੂੰ ਦੇ ਦੇ, ਤੂੰ ਇਹ ਨੌਕਰੀ ਛੱਡ ਕੇ ਏਜੰਸੀ 'ਚ ਜ਼ਿਆਦਾ ਪੈਸੇ ਉਹ ਵੀ ਮੈਨੂੰ ਦੇ ਦੇ, ਘਰ ਦਾ ਖਰਚਾ ਨਹੀਂ ਕੋਈ, ਤੁਸੀਂ ਸਾਡੇ ਮੁਲਾਜ਼ਮ ਤੋਂ ਪੁੱਛ ਲਓ, ਕੋਈ ਕੰਮ ਕਰਨ ਵਾਲੀ ਉਸ ਤੋਂ ਪੁੱਛ ਲਓ ਵੀ ਇਹ ਕਦੇ ਕੁਛ ਲੈ ਕੇ ਆਉਂਦਾ ਹੋਵੇ। ਪਿੱਛੇ ਜੀ ਪਰਮਿੰਦਰ ਵੀਰ ਜੀ ਆਏ ਸੀਗੇ, ਉਹਨਾਂ ਨੇ ਵੀ ਕਿਹਾ, ਉਹਦੇ ਅੱਗੇ ਵੀ ਮੈਂ ਚੰਡੀਗੜ੍ਹ ਗਈ ਸੀ ਅਤੇ ਪਿੱਛੋਂ ਹੁਣ ਕੰਮ ਵਾਲੀ ਨੇ ਕਿਹਾ ਵੀ ਇੱਕ ਦਿਨ ਚਿੰਨੀ ਖਤਮ ਹੋ ਗਈ, ਮੈਂ ਕਿਹਾ ਵੀ ਭਾਅ ਜੀ ਚਿੰਨੀ ਹੈ ਨਹੀਂ, ਅਤੇ ਭਾਅ ਜੀ ਕਹਿੰਦੇ ਵੀ ਉਹ ਮੈਡਮ ਤੋਂ ਪੁੱਛੋ, ਮੇਰੇ ਕੋਲ ਤਾਂ ਹੈ ਨਹੀਂ ਕੋਈ ਚਿੰਨੀ ਚੰਨੀ, ਮਤਲਬ ਘਰ ਦੀ ਤਾਂ ਕੋਈ ਜ਼ਿੰਮੇਵਾਰੀ ਉਹ ਕੋਈ ਚੱਕਰ ਨਹੀਂ, ਘਰ ਘੁੱਟੀ ਚਲੋ ਮਿਲ ਜੁਲ ਕੇ ਚੱਲਦੀਆਂ,
ਲੇਕਿਨ ਜਿਹੜਾ ਮੈਨੂੰ ਇਹ ਜਲੀਲ ਕਰਦਾ, ਮੇਰੇ ਨਾਲ ਮਾਰ ਕੁਟਾਈ ਕਰਦਾ, ਮੈਨੂੰ ਸਮਾਜ, ਦੇਖੋ ਜੀ ਇਹਨੇ ਮੇਰਾ ਮੈਂਟਲੀ ਹੈਲਥ ਖਰਾਬ ਰੱਖੀ ਹੈ, ਮੇਰੀ ਫਿਜ਼ੀਕਲ ਹੈਲਥ ਮੈਨੂੰ ਮਹਿਸੂਸ ਹੋ ਰਹੀ ਹੈ, ਇਹਨੇ ਮੇਰਾ ਸੋਸ਼ਲੀ ਜਿਹੜਾ ਸਰਕਲ ਆ ਉਹ ਵੀ ਮੇਰਾ ਖਰਾਬ ਕੀਤਾ, ਮੈਨੂੰ ਹਰ ਥਾਂ 'ਤੇ ਜਲੀਲ ਕਰਦਾ, ਮੈਨੂੰ ਬਦਨਾਮ ਕਰ ਰਿਹਾ ਜੀ, ਮਤਲਬ ਮੈਨੂੰ ਖਤਮ ਕਰ ਰਿਹਾ ਹੌਲੀ ਹੌਲੀ। ਇੱਕ ਤਾਂ ਸਿੱਧਾ ਕੋਈ ਚਾਕੂ ਮਾਰ ਕੇ ਖਤਮ ਕਰਦਾ, ਇਹ ਮੈਨੂੰ ਗਾਲਾਂ ਨਾਲ ਜਲੀਲ ਨਾਲ ਮੈਨੂੰ ਖਤਮ ਕਰਨਾ ਚਾਹੁੰਦਾ। ਇਹ ਬਿਲਕੁਲ ਉਹਦਾ ਕੀ ਕਹਿੰਦਾ, ਕਹਿੰਦਾ ਉਹ ਮੇਰਾ ਹੈ ਨਹੀਂ, ਮੇਰਾ ਤਾਂ ਭਾਂਜ ਦਾ, ਜਦੋਂ ਤੂੰ ਆਪਣੇ ਚੈੱਕ ਕੱਢ ਕੱਢ ਕੇ ਦਿੱਤੇ ਆ ਤਾਂ ਫਿਰ ਤੇਰਾ ਕਿਉਂ ਨਾ ਹੋਇਆ ਵੀ। ਸਾਨੂੰ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਜੀ ਕਿ ਇੱਕ ਸ਼ਾਮ ਲਾਲ ਰਿਟਾਇਰ ਐਸ ਡੀ, ਉਮਰ ਕਰੀਬ 60 ਸਾਲ ਹੈ, ਉਹਨੂੰ ਕਰੀਬ 20-22 ਘੰਟਿਆਂ ਤੋਂ ਉਹਦੇ ਆਪਦੇ ਕਮਰੇ 'ਚ ਉਹਦੀ ਪਤਨੀ ਨੇ ਬੰਧਕ ਬਣਾਇਆ ਹੋਇਆ, ਅੱਗੋਂ ਤਾਲਾ ਲਾਇਆ ਹੋਇਆ, ਅਤੇ ਉਹ ਬਹੁਤ ਸੀਰੀਅਸ ਹੈ, ਸਾਹ ਦੀ ਘੁੱਟਣ ਹੋ ਰਹੀ ਹੈ, ਹੋਰ ਹੈ। ਅਸੀਂ ਉਹਦੇ ਹਾਲਾਤਾਂ ਨੂੰ ਦੇਖਦੇ ਹੋਏ, ਉਹਦੀ ਸਿਹਤ ਨੂੰ ਦੇਖਦੇ ਹੋਏ 112 'ਤੇ ਫੋਨ, 108 'ਤੇ ਫੋਨ ਕਰਕੇ ਐਂਬੂਲੈਂਸ ਡਾਕਟਰੀ ਟੀਮ ਨਾਲ ਲੈ ਕੇ ਆਏ ਹਾਂ। ਇੱਥੇ ਆ ਕੇ ਉਹਨੂੰ ਉਹਦੇ ਕਮਰੇ 'ਚੋਂ ਕੱਢਿਆ, ਉਹਦੇ ਕਮਰੇ 'ਚੋਂ ਕੱਢ ਕੇ ਉਹਨੂੰ ਸਰਕਾਰੀ ਹਸਪਤਾਲ 108 ਐਂਬੂਲੈਂਸ 'ਤੇ ਰਾਹੀਂ ਉਹਨੂੰ ਭੇਜਿਆ। ਅੱਗੇ ਉਹਦਾ ਇਲਾਜ ਹੈ, ਜੋ ਸਟੇਟਮੈਂਟ ਦਊਗਾ, ਜੋ ਕਾਰਵਾਈ ਬਣਦੀ ਹੈ ਹੋ ਜੂਗੀ।